ਪਰਸੋਂ ਦੇ ਦਿਨ 24 ਤਰੀਕ ਨੂੰ ਦੋ ਖੋਹ ਦੀ ਵਾਰਦਾਤਾਂ ਜਿਹੜਾ ਹੈਗਾ ਸੰਗਰੂਰ ਜ਼ਿਲ੍ਹੇ ਵਿੱਚ ਹੋਈ ਸੀਗੀ, ਜਿਹਦੇ ਵਿੱਚੋਂ ਇੱਕ ਵਾਰਦਾਤ ਪੁਲਿਸ ਸਟੇਸ਼ਨ ਸਦਰ ਸੰਗਰੂਰ ਦੇ ਏਰੀਆ ਵਿੱਚ ਹੋਈ ਸੀਗੀ ਅਤੇ ਦੂਜੀ ਵਾਰਦਾਤ ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਹੋਈ ਸੀਗੀ। ਜਿਹੜੀ ਇੱਕ ਵਾਰਦਾਤ ਪੁਲਿਸ ਸਟੇਸ਼ਨ ਸਦਰ ਸੰਗਰੂਰ ਦੇ ਏਰੀਆ ਵਿੱਚ ਹੋਈ, ਉਹਦੇ ਵਿੱਚ ਮਾਈਕਰੋ ਫਾਈਨੈਂਸ ਕੰਪਨੀ ਦੇ ਇੱਕ ਮੁਲਾਜ਼ਮ ਤੋਂ 45,000 ਰੁਪਏ ਅਤੇ ਨਾਲ ਇੱਕ ਟੈਬਲੇਟ ਜਿਹੜਾ ਹੈਗਾ ਦੋ ਮੋਟਰਸਾਈਕਲ ਸਵਾਰਾਂ ਨੇ ਖੋਹ ਕੀਤਾ ਅਤੇ ਉਹਦੀਆਂ ਅੱਖਾਂ 'ਚ ਮਿਰਚੀ ਪਾ ਕੇ ਜਿਹੜਾ ਹੈਗਾ ਉਹ ਫਰਾਰ ਹੋ ਗਏ। ਇਸ ਤੋਂ ਬਾਅਦ ਸਾਡੀ ਟੀਮ ਨੇ ਜਿਹੜਾ ਹੈਗਾ ਬੜੇ ਡਿਟੇਲ ਤਰੀਕੇ ਨਾਲ, ਜਿਹਦੇ ਵਿੱਚ ਐਸ ਪੀ ਡੀ ਦੀ ਅਗਵਾਈ ਹੇਠ ਸੀ ਆਈ ਏ ਦੀ ਟੀਮਾਂ, ਡੀ ਐਸ ਪੀ ਡੀ, ਡੀ ਐਸ ਪੀ ਆਰ ਅਤੇ ਐਸ ਐਚ ਓ ਸਦਰ ਸੰਗਰੂਰ, ਸੀ ਆਈ ਇੰਚਾਰਜ, ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਉਹ ਡੂੰਘਾਈ ਨਾਲ ਪੜਤਾਲ ਕਰਦੇ ਹੋਏ ਵਿਦਇਨ 24 ਆਰ ਜਿਹੜੇ ਹੈਗੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਬੰਦਿਆਂ ਨੂੰ ਗ੍ਰਿਫਤਾਰ ਕੀਤਾ। 33,000 ਰੁਪਏ ਬਰਾਮਦ ਕੀਤੇ, ਮੋਟਰਸਾਈਕਲ ਬਰਾਮਦ ਕੀਤੀ ਅਤੇ ਇੱਕ ਬੰਦਾ ਜਿਹੜਾ ਹੈਗਾ ਉਹ ਫਰਾਰ ਹੈਗਾ ਜਿਹਨੂੰ ਛੇਤੀ ਫੜ ਲਿਆ ਜਾਏਗਾ। ਇਸ ਤੋਂ ਇਲਾਵਾ ਜਿਹੜਾ ਦੂਜਾ ਕੁਲਾੜੀ ਦੀ ਲੋਕ ਨੋਕ 'ਤੇ ਜਿਹੜਾ ਹੈਗਾ ਦੋ ਮੁੰਡਿਆਂ ਨੇ ਮੋਟਰਸਾਈਕਲ ਸਵਾਰਾਂ ਨੇ ਜਿਹੜਾ ਹੈਗਾ ਉਹ 12,000 ਰੁਪਏ ਖੋਹ ਕੀਤੇ ਸੀਗੇ। ਉਹਦੇ ਵਿੱਚ ਸਾਡੇ ਪੁਲਿਸ ਸਟੇਸ਼ਨ ਲਹਿਰਾ ਦੇ ਐਸ ਐਚ ਓ, ਚੌਕੀ ਇੰਚਾਰਜ ਸਿਟੀ ਚੌਕੀ ਲਹਿਰਾ, ਡੀ ਐਸ ਪੀ ਲਹਿਰਾ, ਇਹਨਾਂ ਨੇ ਸਾਰਿਆਂ ਨੇ ਜਿਹੜਾ ਹੈਗਾ ਉਹ ਇਮੀਡੀਏਟਲੀ ਜਿਹੜਾ ਉਹ ਇਨਵੈਸਟੀਗੇਸ਼ਨ ਨੂੰ ਟੇਕਅਪ ਕਰਦੇ ਹੋਏ ਉਹ 12 ਘੰਟਿਆਂ ਦੇ ਅੰਦਰ ਅੰਦਰ ਜਿਹੜੇ 3 ਦੋਸ਼ੀ ਸੀਗੇ ਉਹ ਅਰੈਸਟ ਕੀਤੇ ਅਤੇ ਉਹਨਾਂ ਤੋਂ ਜਿਹੜਾ ਹੈਗਾ ਫਰਦਰ ਜਿਹੜਾ ਵੈਪਨ ਆਫ ਓਫੈਂਸ ਸੀਗਾ ਉਹ ਰਿਕਵਰ ਕੀਤਾ, ਮੋਟਰਸਾਈਕਲ ਰਿਕਵਰ ਕੀਤਾ। ਅਤੇ ਇਹਦੇ ਵਿੱਚ ਜਿਹੜਾ ਹੈਗਾ ਸਾਡਾ ਟੀਚਾ ਰਹਿੰਦਾ ਹੈਗਾ ਕਿ ਕੋਈ ਵੀ ਕ੍ਰਾਈਮ ਜਿਹੜਾ ਹੈਗਾ ਪਹਿਲਾਂ ਤੋਂ ਪ੍ਰੀਵੈਂਟਿਵ ਮੇਜਰਸ ਲਿੱਤੇ ਜਾਣ ਕਿ ਤਾਂ ਕਿ ਕ੍ਰਾਈਮ ਹੀ ਨਾ ਹੋਵੇ, ਜੇਕਰ ਕੋਈ ਕ੍ਰਾਈਮ ਹੁੰਦਾ ਹੈਗਾ ਉਹਨੂੰ ਇਮੀਡੀਏਟਲੀ ਟਰੇਸ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਾਈ ਜਾਏ। ਸਾਡੀ ਟੀਮ ਨੇ ਜਿਹੜੀ ਪੁਲਿਸ ਸਟੇਸ਼ਨ ਲਹਿਰਾ ਦੀ ਟੀਮ ਨੇ ਅਤੇ ਪੁਲਿਸ ਸਟੇਸ਼ਨ ਸਦਰ ਸੰਗਰੂਰ ਦੀ ਟੀਮ ਨੇ 24 ਘੰਟਿਆਂ ਦੇ ਅੰਦਰ ਅੰਦਰ ਦੋਨੋਂ ਵਾਰਦਾਤ ਨੂੰ ਟਰੇਸ ਕਰਕੇ ਜਿਹੜਾ ਹੈਗਾ ਉਹ ਇੱਕ ਅਚੰਗੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹਦਾ ਸਬੂਤ ਦਿੱਤਾ ਹੈਗਾ। ਥੈਂਕ ਯੂ। ਹਾਲੇ ਫਰਦਰ ਅਸੀਂ ਜਿਹੜਾ ਸਾਰਿਆਂ ਦਾ ਰਿਕਾਰਡ ਅਸੀਂ ਵੈਰੀਫਾਈ ਕਰਾ ਰਹੇ ਹੈਗੇ ਅਤੇ ਉਸ ਤੋਂ ਬਾਅਦ ਡਿਟੇਲਸ ਤੁਹਾਨੂੰ ਸ਼ੇਅਰ ਕਰਦੇ ਹਾਂ।